ਅਸੀਂ ਕਰ ਰਹੇ ਸੀਗੇ, ਇਹ ਪਾਰਟ ਬਣਾਇਆ, ਇਹਦੀ ਡਰਾਫਟਿੰਗ ਕਰਦੇ ਸੀ, ਠੀਕ ਹੈ, ਵਿਊ ਲਿਆਂਦਾ ਅਤੇ ਡਿਟੇਲ ਵਿਊ ਕਰਕੇ ਜਿਹੜੇ ਪੁਆਇੰਟ 'ਤੇ ਕਲਿੱਕ ਕੀਤਾ ਕਰ ਦਿੱਤਾ, ਠੀਕ ਹੈ। ਹੁਣ ਡਿਟੇਲ ਵਿਊ 'ਤੇ ਕਲਿੱਕ ਕਰਕੇ ਇੱਥੇ ਬਰੋਕਨ ਸਰਕਲ, ਇਹ ਬਰੋਕਨ ਸਰਕਲ ਹੀ ਹੈ, ਕਨੈਕਟਡ ਕਰ ਦਾਂਗੇ ਤਾਂ ਕਨੈਕਟ ਹੋ ਜਾਣਾ, ਜੇ ਨੋ ਲੈਡਰ ਕਰ ਦਾਂਗੇ ਤਾਂ ਕੋਈ ਲੈਡਰ ਨਹੀਂ, ਠੀਕ। ਵਿਦ ਲੈਡਰ ਕਰ ਦਾਂਗੇ ਤਾਂ ਇਹ ਜਿੱਦਾਂ ਇਹ ਪੇਜ ਮੇਰੇ ਤੋਂ ਗਲਤ ਸਿਲੈਕਟ ਹੋ ਗਿਆ, ਠੀਕ ਹੈ, ਉਹਨੂੰ ਵੱਡਾ ਪੇਜ ਚਾਹੀਦਾ, ਅਤੇ ਉੱਦਾਂ ਹੀ ਜਾਓ ਪ੍ਰੋਪਰਟੀ 'ਚ ਅਤੇ ਜਾ ਕੇ ਇੱਥੋਂ ਪੇਜ ਚੇਂਜ ਕਰ, ਵਿਊ ਲੈ ਕੇ ਆਇਆ ਇੱਥੇ, ਰਾਈਟ ਕਲਿੱਕ ਪ੍ਰੋਪਰਟੀ, ਰਾਈਟ ਕਲਿੱਕ ਪ੍ਰੋਪਰਟੀ, ਸਟੈਂਡਰਡ ਸ਼ੀਟ ਸਾਈਜ਼ ਨੂੰ ਚੇਂਜ ਕਰਨਾ, ਠੀਕ। ਹੁਣ ਇਸ ਵਿਊ ਦਾ ਮੈਨੂੰ ਚਾਹੀਦਾ ਸੈਕਸ਼ਨ ਵਿਊ, ਆਹ ਸੈਕਸ਼ਨ ਵਿਊ ਹੋਰੀਜ਼ੋਂਟਲ ਚਾਹੀਦਾ ਜਾਂ ਵਰਟੀਕਲ ਚਾਹੀਦਾ, ਭਾਅ ਜੀ ਵਰਟੀਕਲ, ਜਿਹੜੇ ਪੁਆਇੰਟ 'ਤੇ ਕਲਿੱਕ ਕਰ ਦੂੰਗਾ, ਓਕੇ, ਉੱਧਰਲੇ ਪਾਸੇ ਆ, ਜੇ ਵਰਟੀਕਲ ਕਰਦਾ ਹੋਰੀਜ਼ੋਂਟਲ ਕਰ ਦਾਂਗੇ ਤਾਂ ਹੋਰੀਜ਼ੋਂਟਲੀ ਆ ਜਾਊਗਾ, ਠੀਕ ਹੈ। ਇਹਨੂੰ ਸਿਲੈਕਟ ਕਰਕੇ ਫਲਿੱਪ ਡਾਇਰੈਕਸ਼ਨ ਵੀ ਕਰ ਸਕਦਾ, ਇੱਧਰੋਂ ਦੇਖਣਾ ਜਾਂ ਉੱਧਰੋਂ ਦੇਖਣਾ, ਠੀਕ ਹੈ। ਹੁਣ ਜਦੋਂ ਮੈਂ ਇੱਧਰੋਂ ਦੇਖਿਆ ਉੱਧਰਲੇ ਪਾਸੇ ਤਾਂ ਆਹ ਚੀਜ਼ ਵੀ ਨਜ਼ਰ ਆਉਣ ਲੱਗ ਗਈ, ਯਾਨੀ ਕਿ ਇੱਥੋਂ ਕੱਟਿਆ ਤਾਂ ਇੱਥੇ ਜਿਹੜੀ ਚੀਜ਼ ਪਈ ਹੈ, ਜਦੋਂ ਮੈਂ ਇੱਧਰੋਂ ਦੇਖੂੰਗਾ ਤਾਂ ਆਹ ਡੱਬਾ ਵੀ ਨਜ਼ਰ ਆਉਗਾ, ਹੁਣ ਮੈਂ ਉਹ ਨਹੀਂ ਦੇਖਣਾ ਚਾਹੁੰਦਾ, ਮੈਂ ਚਾਹੁੰਦਾ ਜਿੱਥੋਂ ਮੈਂ ਕੱਟਿਆ ਹੋਇਆ ਉਹੀ ਚੀਜ਼ ਜਗ੍ਹਾ ਦੇਖੂੰ, ਤਾਂ ਇਹਨੂੰ ਸਿਲੈਕਟ ਕਰਕੇ ਇੱਥੇ ਕਰ ਦਿਉ ਸਲਾਈਸ ਸੈਕਸ਼ਨ, ਸਿਰਫ ਜਿੱਥੋਂ ਜਿੱਥੋਂ ਕੱਟਿਆ ਹੋਇਆ ਉਹਦੀ ਬੈਕਗਰਾਊਂਡ ਨਹੀਂ ਨਜ਼ਰ ਆਊਗੀ, ਉਹੀ ਚੀਜ਼ ਨਜ਼ਰ ਆਊਗੀ। ਸੈਕਸ਼ਨ ਵਿਊ ਵਰਟੀਕਲ, ਵਰਟੀਕਲ 'ਚ ਨਹੀਂ ਨਜ਼ਰ ਆਊਗਾ, ਹੋਰੀਜ਼ੋਂਟਲ 'ਚ, ਮੈਂ ਇੱਥੇ ਕਲਿੱਕ ਕੀਤਾ, ਓਕੇ, ਠੀਕ ਹੈ। ਹੁਣ ਇਹਦੀ ਡਾਇਰੈਕਸ਼ਨ ਇੱਧਰੋਂ ਹੈ, ਮੈਂ ਕਹਿੰਦਾ ਇਹ ਡਾਇਰੈਕਸ਼ਨ ਮੈਨੂੰ ਇੱਧਰੋਂ ਪਾਸੇ ਚਾਹੀਦੀ ਹੈ, ਜਦੋਂ ਉੱਧਰੋਂ ਦੇਖਿਆ ਤਾਂ ਫਿਰ ਮੈਨੂੰ ਆਹ ਚੀਜ਼ ਵੀ ਨਜ਼ਰ ਆਉਣ ਲੱਗ ਗਈ, ਇੱਧਰਲੇ ਪਾਸੇ ਜਦਕਿ ਕੱਟਿਆ ਤਾਂ ਆਪਾਂ ਇੱਥੋਂ, ਤਾਂ ਫਿਰ ਕੀ ਕਰਾਂਗੇ ਇਹਨੂੰ ਸਲਾਈਸ ਸੈਕਸ਼ਨ, ਫਿਰ ਜਿੱਥੋਂ ਕੱਟਿਆ ਸਿਰਫ ਉਹੀ ਚੀਜ਼ ਨਜ਼ਰ ਆ ਰਹੀ ਹੈ, ਉਸ ਚੀਜ਼ ਦੀ ਸਲਾਈਸ। ਜੇ ਮੈਂ ਸੈਕਸ਼ਨ ਵਿਊ ਦੇ ਵਿੱਚ ਦੋ ਪੁਆਇੰਟ ਲੈ ਲਓ, ਹੁਣ ਦੋ ਪੁਆਇੰਟ ਪੁੱਛੂਗਾ, ਜਿਹੜੇ ਵੀ ਦੋ ਪੁਆਇੰਟ, ਇੱਕ ਪੁਆਇੰਟ ਆ ਅਤੇ ਇੱਕ ਪੁਆਇੰਟ ਕੋਈ ਹੋਰ, ਜਿਹੜਾ ਵੀ ਪੁਆਇੰਟ ਲੈ ਲਓ, ਯਾਨੀ ਉਹਨਾਂ ਦੋ ਪੁਆਇੰਟਾਂ ਦੇ ਵਿੱਚੋਂ ਸੈਕਸ਼ਨ ਦੇ ਵਿੱਚ ਟੂ ਪੁਆਇੰਟ, ਫਸਟ ਪੁਆਇੰਟ ਹੈ, ਸੈਕਿੰਡ ਪੁਆਇੰਟ, ਜਦ ਮੈਂ ਸੈਕਸ਼ਨ ਕਰ ਰਹੇ ਹਾਂ ਜਿੱਦਾਂ ਵਰਟੀਕਲ ਕਰ ਰਹੇ ਹਾਂ, ਹੁਣ ਇਹਨੂੰ ਸਿਲੈਕਟ ਕਰਕੇ ਇਹ ਲਾਈਨ 'ਤੇ ਰਾਈਟ ਕਲਿੱਕ ਕਰੋ, ਐਡਿਟ ਕਟਿੰਗ ਲਾਈਨ, ਐਡਿਟ ਸਕੈਚ,
मैं लाइन हूँ पाया जिन्ना कर दूंगा सेक्शन फिर उन्ना ही आऊंगा राइट क्लिक लाइन दे उत्ते सेक्शन लाइन दे उत्ते राइट क्लिक एडिट स्केच लाइन आ गई ते इनू आपा एडिट कर सकते स्केच तो बाहर आवांगे तो सेक्शन उन्ना ही कट्टा जाऊगा जिन्नी आ लाइन है उस हिसाब न कई बार साढ़े कोई सपोज गोल चीज है ਇਸੇ ਜਿਵੇਂ ਇਹ ਡਰਾ ਕਰਦੇ ਆ ਰੰਗ ਦਾ ਇਹਦਾ ਸਟੈਂਡਰਡ ਬਾਈ ਡਿਫਾਲਟ ਚੱਕਦਾ ਹੈ ਜੇ ਕਿ ਇੱਕ ਕਲਰ ਆ ਪਰਟੀਕੁਲਰਲੀ ਉਹੀ ਕਲਰ ਰੱਖਣਾ ਜਦੋਂ ਮਤਲਬ ਦੁਬਾਰਾ ਪਾਰਟ ਬਣਾਉਣਾ ਮਾਡਲਿੰਗ ਪਾਰਟ ਮਾਡਲਿੰਗ ਕਰਨੀ ਦੁਬਾਰਾ ਉਹ ਪਰਮਾਨੈਂਟ ਕਰਨ ਵਾਸਤੇ ਉਹਨੂੰ ਕੀ ਕਰੀਏ ਵੀ ਦੱਸਦਾ ਠੀਕ ਹੈ ਇਹਨੂੰ ਆਪਾਂ ਸੇਵ ਕਰ ਲਿਆ ਡਰਾਫਟਿੰਗ ਚ ਆਏ ਠੀਕ ਹੈ ਸੈਕਸ਼ਨ ਦੇ ਵਿੱਚ ਹੈ ਥ੍ਰੀ ਪੁਆਇੰਟ ਫਸਟ ਪੁਆਇੰਟ ਏ ਸੈਕਿੰਡ ਪੁਆਇੰਟ ਏ ਅਤੇ ਥਰਡ ਪੁਆਇੰਟ ਇੱਧਰ ਨੂੰ ਚਾਹੀਦੀ ਹੈ ਇਹਨੂੰ ਵੀ ਰੈਡਿਟ ਕਰ ਸਕਦੇ ਹਾਂ ਲਾਈਨ ਜੋ ਕੱਟ ਵਾਲੀ ਕਰਨੀ ਹੁੰਦੀ ਉਹ ਤਾਂ ਹੈ ਹੀ ਹੈ ਇਹਦਾ ਵਿਊ ਦਾ ਸਾਈਜ਼ ਜੇ ਆਪਾਂ ਵੱਡਾ ਕਰ ਦਿੰਦੇ ਹਾਂ ਠੀਕ ਥ੍ਰੀ ਪੁਆਇੰਟ ਇਹਦੀ ਜਿਹੜੀ ਹੈਚਿੰਗ ਹੈ ਇਹ ਤਾਂ ਕਲਿੱਕ ਕੀਤਾ ਇਹ ਮਟੀਰੀਅਲ ਪ੍ਰੋਸੈਸ ਆ ਰਿਹਾ ਵੀ ਜਿਹੜਾ ਮਟੀਰੀਅਲ ਹੋਊਗਾ ਇਹਨੂੰ ਅਸੀਂ ਚੇਂਜ ਵੀ ਕਰ ਸਕਦੇ ਹਾਂ ਇਹ ਪਹਿਲਾਂ ਸਹੀ ਨਹੀਂ ਨਜ਼ਰ ਆ ਰਹੀ ਸੀ ਨਾ ਅਤੇ ਉਹਦੇ ਅਕੋਰਡਿੰਗ ਆਪਾਂ ਨੂੰ ਚੇਂਜ ਕਰ ਅਤੇ ਕਲਿੱਕ ਕਰੋ ਹੈਚਿੰਗ ਦਾ ਸਕੇਲ ਛੋਟਾ ਵੱਡਾ ਕਰ ਸਕਦੇ ਮਟੀਰੀਅਲ ਜਿਹੜਾ ਮਟੀਰੀਅਲ ਪ੍ਰੋਵਾਈਡ ਕੀਤਾ ਮਟੀਰੀਅਲ ਮਤਲਬ ਸਟੈਂਡਰਡ ਵਾਲਾ ਹੁੰਦਾ ਹੁਣ ਇਸੇ ਦੇ ਵਿੱਚ ਮੈਨੂੰ ਦੂਜੇ ਵਾਲਾ ਪਹਿਲਾਂ ਜਿਹੜਾ ਆਪਾਂ ਬਣਾ ਰਹੇ ਸੀ ਪਾਰਟ ਉਹਦੀ ਡਿਜ਼ਾਇਨ ਵੀ ਚਾਹੀਦੀ ਹੈ ਤਾਂ ਕੀ ਕਰਾਂਗੇ ਇੱਥੇ ਪਾਰਟ ਦੀ ਜਗ੍ਹਾ ਦੂਜਾ ਵਾਲਾ ਪਾਰਟ ਜਿਹੜੇ ਇੱਥੇ ਖੁੱਲਦੇ ਹੁੰਦੇ ਆ ਉੱਪਰ ਆ ਜਿੱਥੋਂ ਨਿਕਲਦਾ ਵਾ ਇਹ ਉਹ ਜਿਹੜੇ ਉੱਪਰ ਖੋਲੀ ਹੋਈ ਵਿੰਡੋ ਨਹੀਂ ਤਾਂ ਬਰਾਊਜ਼ ਵੀ ਕਰ ਸਕਦਾ ਮਤਲਬ ਇੱਕੋ ਡਰਾਇੰਗ 'ਚ ਦੋ ਅਲੱਗ ਅਲੱਗ ਪਾਰਟਾਂ ਦੀ ਡਰਾਇੰਗ ਵੀ ਲਿਆ ਸਕਦਾ
ਇਹ ਨੋਟੇਸ਼ਨ ਦੇ ਵਿੱਚ ਆ ਕੇ ਅਸੀਂ ਡਿਮੈਂਸ਼ਨ ਦੇ ਸਕਦੇ ਹਾਂ ਜਿਹੜੀ ਮਰਜ਼ੀ। ਇੱਧਰ ਲਾਈਨ 'ਤੇ ਕਲਿੱਕ ਕਰਾਂਗੇ ਇਹ ਆਉਂਦਾ ਵੀ ਇੱਧਰਲੇ ਪਾਸੇ ਰੱਖਣੀ ਹੈ ਇੱਧਰ ਕੋਈ ਵੀ ਦੋ ਲਾਈਨਾਂ ਸਿਲੈਕਟ ਕਰਾਂਗੇ ਉਹਨਾਂ ਨੇ ਡਿਮੈਂਸ਼ਨ ਆ ਜਾਣੀ, ਇੱਕ ਲਾਈਨ ਸਿਲੈਕਟ ਕਰਾਂਗੇ ਤਾਂ ਉਹ ਡਿਮੈਂਸ਼ਨ ਆ ਜਾਣੀ, ਇੱਕ ਲਾਈਨ ਕਰਾਂਗੇ ਤਾਂ ਉਹ ਆਪਣੇ ਆਪ ਉੱਧਰ ਖਿਸਕ ਜਾਊਗੀ। ਜਦ ਮੈਂ ਇੱਥੋਂ ਦੀ ਇੱਥੇ ਤੱਕ ਡਿਮੈਂਸ਼ਨ ਦਿੱਤੀ, ਜੇ ਮੈਂ ਇਹਨਾਂ 'ਤੇ ਕਲਿੱਕ ਕਰੂੰਗਾ ਤਾਂ ਖਿਸਕਣਗੀਆਂ, ਜੇ ਮੈਂ ਖੁਦ ਲੈ ਕੇ ਜਾਊਂਗਾ ਫਿਰ ਨਹੀਂ। ਠੀਕ ਹੈ, ਜੇ ਇੱਧਰ ਦੀ ਸਾਈਡ ਬਣੀ ਹੋਈ ਹੈ ਜੇ ਉਹਨੇ ਆਪਣੇ ਉੱਧਰ ਲੈ ਜਾਣਾ ਫਿਰ ਉਹ 'ਚ ਆਪਸ਼ਨ ਨਹੀਂ ਆਊਗੀ। ਹੈਂ ਨਾ ਜਾਣਾ ਹੈ। ਹਾਂ ਜੇ ਮੈਂ ਇਹਦਾ ਸਕੇਲ ਚੇਂਜ ਕਰਦਾ ਤਾਂ ਇਹ ਡਿਮੈਂਸ਼ਨਾਂ ਨਹੀਂ ਚੇਂਜ ਹੁੰਦੀਆਂ, ਡਿਮੈਂਸ਼ਨਾਂ ਉਹਦੀ ਹੀ ਰਹਿੰਦੀਆਂ, ਆਟੋਮੈਟਿਕ ਗੜਬੜ ਹੋ ਜਾਂਦੀ ਇਹ 'ਚ ਨਹੀਂ ਰਹਿੰਦੀਆਂ। ਇਹਦਾ ਕੀ ਹਾਲ ਹੈ ਜੀ? ਹਾਲ ਠੀਕ ਹੈ, ਬਿਲਕੁਲ 150 ਹੈ ਤਾਂ 150 ਹੀ ਰਹੂਗੀ, ਚਾਹੇ ਇਹਦਾ ਸਕੇਲ ਛੋਟਾ ਕਰ ਦਿਉ ਤਾਂ ਵੀ 150 ਹੀ ਲਿਖਿਆ। ਇਹ ਤਾਂ ਵਿਊ ਦਾ ਸਕੇਲ ਹੈ ਨਾ, ਡਿਮੈਂਸ਼ਨਾਂ ਤਾਂ ਉਹਦੀ ਹੀ ਰਹਿਣੀ, ਚੇਂਜ ਹੋ ਜਾਣਾ ਜਿੱਦਾਂ ਮੈਂ ਆਹ ਡਿਮੈਂਸ਼ਨ 'ਚ ਦਊਂਗਾ ਅਤੇ ਆਟੋਮੈਟਿਕਲੀ ਉਹਨੇ ਖਿਸਕਾ ਦਿੱਤਾ। ਜੇ ਮੈਂ ਇੱਕ ਡਿਮੈਂਸ਼ਨ ਹੋਰ ਦੇ ਦੂੰਗਾ ਇੱਧਰ ਕਰ ਦਾਂਗੇ ਤਾਂ ਇੱਧਰ ਆ ਜਾਣਾ, ਜੇ ਇੱਧਰ ਕਰ ਦਾਂਗੇ ਤਾਂ ਇੱਧਰ ਆ ਜਾਣਾ, ਇੱਧਰ ਕਰ ਦਾਂਗੇ ਤਾਂ ਇੱਧਰ ਆ ਜਾਣਾ। ਬਟ ਇੱਕ ਪੰਗਾ ਇਹ ਹੈ ਕਿ ਤਾਂ ਮੈਂ ਦੇਣ ਲੱਗ ਗਿਆ, ਅਸੀਂ ਤਾਂ ਬਣਾਇਆ ਹੋਇਆ ਹੈ, ਜਦ ਬਣਾਇਆ ਡਿਮੈਂਸ਼ਨਾਂ ਦੇ ਕੇ ਹੀ ਬਣਾਇਆ। ਫਿਰ ਇੱਥੇ ਮਾਡਲ ਆਈਟਮ 'ਤੇ ਕਲਿੱਕ ਕਰੋ, ਵਿਊ 'ਤੇ ਕਲਿੱਕ ਕਰੋ, ਓਕੇ। ਜਿਹੜੀਆਂ ਡਿਮੈਂਸ਼ਨਾਂ ਇਹਦੇ ਵਿੱਚ ਹੁਣ ਦਿੱਤੀਆਂ ਹੋਈਆਂ ਉਹ ਇਹਦੇ ਵਿੱਚ ਆ ਜਾਣਗੀਆਂ। ਹੁਣ ਇਹ ਵੀ ਇਹਨੂੰ ਇੱਧਰ ਕਰ ਦਿਉ, ਇਹ ਨੋਟੇਸ਼ਨ ਜਿਹੜੇ ਮਾਡਲ ਆਈਟਮ ਆਹ ਵਿਊ ਨੂੰ ਸਿਲੈਕਟ ਕੀਤਾ, ਓਕੇ। ਜਿਹੜੀਆਂ ਡਿਮੈਂਸ਼ਨਾਂ ਇਹਦੇ ਵਿੱਚ ਆ ਸਕਦੀਆਂ ਉਹੀ ਆਉਣਗੀਆਂ। ਜਿਹੜੀ ਡਿਮੈਂਸ਼ਨ ਇਸ ਵਿਊ 'ਚ ਆ ਨਹੀਂ ਸਕਦੀਆਂ ਉਹ ਨਹੀਂ ਆਉਣਗੀਆਂ, ਜਿਹੜੀਆਂ ਆ ਸਕਦੀਆਂ ਉਹੀ ਆਉਣਗੀਆਂ। ਇੱਕ ਹੋਰ ਵੀ ਗੱਲ ਹੈ, ਇਹਨੂੰ ਬਣਾਉਂਦੇ ਹੋਏ ਜਿਹੜੀ ਇੱਥੇ ਡਿਮੈਂਸ਼ਨ ਦਿੱਤੀ ਉਹੀ ਆਊਗੀ, ਜੇ ਅਸੀਂ ਬਣਾਉਂਦੇ ਹੋਏ ਡਿਮੈਂਸ਼ਨ ਨਹੀਂ ਦਿੱਤੀ ਫਿਰ ਨਹੀਂ ਆਊ। ਜਿੱਦਾਂ ਇਹ ਰੈਕਟੈਂਗਲ ਦੀ ਡਿਮੈਂਸ਼ਨ ਕਿਉਂ ਨਹੀਂ ਆਈ, ਕਿਉਂਕਿ ਜਦ ਰੈਕਟੈਂਗਲ ਬਣਾਇਆ ਉਦੋਂ ਡਿਮੈਂਸ਼ਨਾਂ ਦਿੱਤੀਆਂ ਨਹੀਂ, ਤੇ ਜਿੱਥੇ ਦਵਾਂਗੇ ਉੱਥੇ ਹੀ ਆਓਗੇ, ਉੱਥੇ ਹੀ ਆਈ ਹੋ ਸਕਦੀ ਜੇ ਪਈ ਹੋਵੇ ਉਧਰ ਪਈ ਹੋਵੇ। ਹਾਂ ਫਿਰ ਆਨ ਪੜ ਲੱਗੂ ਉਹ ਬੰਦਾ। ਸੇਮ ਹੈ ਜਿਹੜੀ ਡਿਸ ਜਿਵੇਂ ਇੱਥੇ ਦਿੱਤੀ ਹੋਈ ਆ ਉੱਥੇ ਹੀ ਆਉਗੀ, ਐਰੋ ਹੈਡ ਵਗੈਰਾ ਜਿਹੜਾ ਬਣੇ ਹੋਏ। ਫਿਨਿਸ਼ ਕਰਾਂਗੇ, ਵਾਪਸ ਸ਼ੀਟ 'ਚ ਆਵਾਂਗੇ। ਠੀਕ ਹੈ, ਇਹਨੂੰ ਸਿਲੈਕਟ ਕੀਤਾ ਮਾਡਲ ਆਈਟਮ, ਇਹਨੂੰ ਸਿਲੈਕਟ ਕੀਤਾ ਜਿਹੜੀ ਜਿਹੜੀ ਡਿਮੈਂਸ਼ਨ ਆ ਜਿਵੇਂ ਛੋਟੀ ਦਿਖਦੀ ਪਈ ਆ ਇਹ ਵੱਡੀ ਹੋ ਜਾਂਦੀ, ਇਹ ਪੇਜ ਬਹੁਤ ਵੱਡਾ ਹੈ ਨਾ ਇਸ ਕਰਕੇ ਛੋਟੀ ਥੋੜੀ ਕਰਨੀ ਚਾਹੀਦੀ ਹੈ ਜੀ। ਬਾਈ ਡਿਫਾਲਟ ਚੱਲਦੀ ਹੈ ਤਾਂ ਉਹਨੂੰ ਚੱਲੀ ਜਾਂਦੀ ਹੈ, ਤਾਂ ਉਹਨੂੰ ਕਸਟਮਾਈਜ਼ ਕਰਕੇ ਨਹੀਂ, ਇੱਥੋਂ ਵੱਡਾ ਹੋ ਜਾਣੀ। ਆਪਸ਼ਨ ਡਾਕੂਮੈਂਟ ਆਪਸ਼ਨ ਡਾਇਮੈਂਸ਼ਨ ਫੌਂਟ ਇੱਥੋਂ ਵੱਡਾ ਹੋ ਜਾਣਾ, ਡਾਕੂਮੈਂਟ ਆਪਸ਼ਨ ਡਾਇਮੈਂਸ਼ਨ ਡਾਇਮੈਂਸ਼ਨ ਦੇ ਵਿੱਚ ਫੌਂਟ, ਓਕੇ ਕਰਾਂਗੇ, ਓਕੇ ਕਰਾਂਗੇ। ਆਪਸ਼ਨ 'ਚ ਗਏ, ਡਾਕੂਮੈਂਟ ਆਪਸ਼ਨ ਡਾਇਮੈਂਸ਼ਨ ਫੌਂਟ ਵੱਡਾ ਕਰੋ, ਓਕੇ ਕਰੋ।
ਕਦੇ ਵੀ ਪਾਰਟ ਦੇ ਉੱਤੇ ਕਲਿੱਕ ਕਰਕੇ ਓਪਨ ਕਰ ਸਕਦੇ ਹਾਂ ਆਪਾਂ, ਓਪਨ ਪਾਰਟ ਇਨ ਪੋਜੀਸ਼ਨ, ਜਿੱਦਾਂ ਪਿਆ ਉੱਦਾਂ ਨਜ਼ਰ ਖੁੱਲ ਜੂਗੀ ਫਾਈਲ, ਜਿਹੜਾ ਵਿਊ ਅਸੀਂ ਦੇਖ ਰਹੇ ਹਾਂ। ਜੇ ਉੱਥੋਂ ਓਪਨ ਕਰਾਂਗੇ ਤਾਂ ਜਿਹੜੀ ਡਿਮੈਂਸ਼ਨ ਨਹੀਂ ਦਿੱਤੀ ਹੋਈ ਅਸੀਂ ਦੇ ਵੀ ਸਕਦੇ, ਅੱਡ ਡਿਮੈਂਸ਼ਨ ਹੀ ਚੱਕ ਲਈ ਉਹੀ ਮਾਡਲ ਜਿਹੜੀ ਜਿਹੜੀਆਂ ਡਰਾਇੰਗ 'ਚ ਦਿੱਤੀਆਂ ਉਹ ਚੱਕ ਲਓ, ਜਿਹੜੀ ਡਰਾਇੰਗ 'ਚ ਨਹੀਂ ਦਿੱਤੀ ਹੋਈ। ਜੇ ਮੈਂ ਇਹਦੀ ਪ੍ਰੋਜੈਕਸ਼ਨ ਕਰਾਂ, ਠੀਕ ਹੈ, ਅਤੇ ਜੇ ਮੈਂ ਇਹਦਾ ਹੋਰ ਸਿੱਧਾ ਸੈਕਸ਼ਨ ਵਿਊ ਕਰਾਂ, ਨਾ ਇਹਦੇ ਵਿੱਚ ਹੋਲ ਨਜ਼ਰ ਆਉਂਦਾ ਨਾ ਇਹਦੇ ਵਿੱਚ ਨਜ਼ਰ ਆਉਂਦਾ, ਕਿਉਂਕਿ ਹੋਲ ਥੋੜ੍ਹਾ ਜਿਹਾ ਸਾਈਡ 'ਤੇ, ਹੋਲ ਸਾਈਡ 'ਤੇ ਹੈ ਨਾ। ਹੁਣ ਅਸੀਂ ਕੀ ਕਰਨਾ, ਇੱਥੇ ਦਿਖਾਉਣਾ ਬ੍ਰੋਕਨ ਆਊਟ ਸੈਕਸ਼ਨ, ਸਪਲਾਈਨ ਆ ਗਈ, ਇੱਥੇ ਸਪਲਾਈਨ ਬਣਾਓ, ਕਿੰਨੇ ਏਰੀਏ ਨੂੰ ਤੋੜਨਾ, ਕਿੰਨੇ ਏਰੀਏ ਨੂੰ ਤੋੜ ਕੇ ਦਿਖਾਉਣਾ ਵਾ ਕਿ ਜੀ ਇੰਨੇ ਪ੍ਰਵਿਊ ਔਨ ਕਰ ਦਿਓ। ਪ੍ਰਵਿਊ ਔਨ ਕਰਾਂਗੇ ਤਾਂ ਯਾਨੀ ਇਸ ਟਾਈਮ ਇੱਥੇ ਹੈ ਲਾਈਨ, ਡਿਸਟੈਂਸ ਵਧਾ ਲਓ ਜਾਂ ਸਿੱਧਾ ਹੀ ਇਹਦੇ ਉੱਤੇ ਕਲਿੱਕ ਕਰ ਦਿਓ। ਅਤੇ ਉਹ ਹੋਲ ਇੱਥੇ ਤੋੜ ਕੇ ਦਿਖਾਉਣ ਲੱਗ, ਬ੍ਰੋਕਨ ਆਊਟ ਸੈਕਸ਼ਨ, ਸਪਲਾਈਨ ਬਣਾਈ, ਪ੍ਰਵਿਊ ਔਨ ਕੀਤਾ, ਆ ਸਰਕਲ ਨੂੰ ਸਿਲੈਕਟ ਕਰ ਲਿਆ ਅਤੇ ਆਟੋਮੈਟਿਕਲੀ ਉਹਦੇ ਸੈਂਟਰ 'ਚ ਆ ਜਾਊਗਾ। ਇੱਥੋਂ ਤੋੜ ਕੇ ਦਿਖਾ, ਮਤਲਬ ਮੈਨੂੰ ਪੂਰਾ ਸੈਕਸ਼ਨ ਵੀ ਨਹੀਂ ਦਿਖਾਉਣਾ ਪਿਆ, ਓਨਾ ਕੁ ਪੋਰਸ਼ਨ ਤੋੜ ਕੇ ਆਪਾਂ ਬ੍ਰੋਕਨ ਵਿਊ ਦਿਖਾ ਸਕਦੇ। ਹੁਣ ਮੈਂ ਸਿਰਫ ਇੰਨਾ ਪੋਰਸ਼ਨ ਦੇਖਣਾ ਚਾਹੁੰਦਾ, ਮੈਨੂੰ ਫਾਲਤੂ ਤਾਂ ਨਹੀਂ ਚਾਹੀਦਾ। ਸਕੈਚ 'ਚ ਜਾਓ, ਇੱਕ ਰੈਕਟੈਂਗਲ ਬਣਾਓ ਜਿੰਨਾ ਪੋਰਸ਼ਨ ਚਾਹੀਦਾ, ਵਿਊ ਲੇਆਊਟ 'ਚ ਜਾ ਕੇ ਕਰਾਓ, ਫਾਲਤੂ ਦਾ ਵਿਊ ਡਿਲੀਟ ਹੋ ਜਾਊ। ਜਿਹਦੇ ਰਿਕਾਰਡ ਹੋ ਰਿਹਾ ਤੂੰ ਕਿਉਂ ਜੋ ਉੱਥੋਂ ਦੇਖ ਕੇ ਲਿਖ ਲਈ, ਨਾ ਇਹ ਲਿਖਿਆ ਜਾ ਰਿਹਾ ਚੱਜ ਨਹੀਂ, ਆਹਦੇ ਬਲਿੰਕ ਹੋ ਰਿਹਾ, ਆਹਦੇ ਬਲਿੰਕ ਨਹੀਂ ਹੋ ਰਿਹਾ। ਹੁਣ ਮੈਨੂੰ ਇਹ ਸਾਰਾ ਨਹੀਂ ਦੇਖਣਾ, ਮੈਨੂੰ ਸਿਰਫ ਇੰਨਾ ਇੰਨਾ ਪੋਰਸ਼ਨ ਦੇਖਣਾ। ਕੀ ਕਰਾਂਗੇ, ਸਕੈਚ ਬਣਾਵਾਂਗੇ, ਠੀਕ ਹੈ, ਵਿਊ ਲੇਆਊਟ ਕਰਾਪ ਹੋ ਗਈ, ਇਹਨੂੰ ਸਿਲੈਕਟ ਕਰ, ਸਕੈਚ ਜਿੰਨਾ ਪੋਰਸ਼ਨ ਚਾਹੀਦਾ ਉਹ ਬਣਾਓ, ਵਿਊ ਲੇਆਊਟ ਰੈਕਟੈਂਗਲ ਬਣਾਇਆ, ਵਿਊ ਲੇਆਊਟ 'ਚ ਗਏ ਕਰਾਪ, ਬਾਕੀ ਦਾ ਵਿਊ ਕਰਾਪ।
ਠੀਕ ਹੈ, ਜਦ ਸਾਰਾ ਕੁਛ ਬਣ ਜਾਵੇ ਤੈਨੂੰ ਫਾਈਲ ਸੇਵ ਹੈ ਇੱਥੇ PDF ਕਰ, PDF ਕਿੱਥੇ ਸੇਵ ਕਰਨੀ ਹੈ ਮੈਂ ਡੈਸਕਟੋਪ 'ਤੇ, ਡੈਸਕਟੋਪ 'ਤੇ ਦੋਨੋਂ ਸ਼ੀਟਾਂ ਕਰਨੀਆਂ ਕਿ ਇੱਕੋ ਸ਼ੀਟ ਕਰਨੀ, ਪਹਿਲੀ ਸ਼ੀਟ